ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਖੜ੍ਹੇ ਟਰਾਲੇ ਦੇ ਨਾਲ ਇਨੋਵਾ ਕਾਰ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਮੌਕੇ 'ਤੇ ਹੀ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਵੀ ਇਸ ਹਾਦਸੇ ਦੀਆਂ ਸਾਹਮਣੇ ਆਈਆਂ ਨੇ ਕਿਹਾ ਜਾ ਰਿਹਾ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਜੋ ਇਨੋਵਾ ਕਾਰ ਹੈ ਉਸਦੇ ਪਰਖੱਚੇ ਤੱਕ ਉੱਡ ਗਏ ਨੇ ਹਾਲਾਂਕਿ ਜੋ ਉਸਦੇ ਕਾਰ ਦੇ ਜੋ ਪਾਰਟ ਸੀ ਉਹ ਵੀ ਸੜਕ ਦੇ ਉੱਤੇ ਖਿਲਰੇ ਹੋਏ ਮਿਲੇ ਨੇ ਅਤੇ ਇਨੋਵਾ ਕਾਰ ਇੱਕ ਪਾਸੇ ਨੂੰ ਹੀ ਟੇਢੀ ਹੋ ਗਈ ਤਾਂ ਦੱਸ ਦਈਏ ਕਿ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਰਾਜਪੁਰਾ ਨੈਸ਼ਨਲ ਹਾਈਵੇ ਤੋਂ ਜਿੱਥੇ ਕਿ ਇੱਕ ਖੜ੍ਹੇ ਟਰਾਲੇ ਦੇ ਨਾਲ ਇਹ ਕਾਰ ਟਕਰਾਈ ਹੈ। ਅੰਬਾਲਾ ਤੋਂ ਖੰਨੇ ਦੇ ਵੱਲ ਇਹ ਕਾਰ ਜਾ ਰਹੀ ਸੀ ਅਤੇ ਅਚਾਨਕ ਹੀ ਸੜਕ ਦੇ ਕਿਨਾਰੇ ਖੜ੍ਹੇ ਟਰਾਲੇ ਦੇ ਨਾਲ ਇਸਦੀ ਭਿਆਨਕ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਕੇ 'ਤੇ ਹੀ ਜਾਨ ਚਲੀ ਜਾਂਦੀ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਇੱਕ ਵਿਅਕਤੀ ਇਸ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਅਤੇ ਦੂਜੇ ਪਾਸੇ ਲੋਕਾਂ ਦਾ ਕਹਿਣਾ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਕਾਰ ਕਾਫੀ ਜ਼ਿਆਦਾ ਤੇਜ਼ ਸੀ ਅਤੇ ਖੜ੍ਹੇ ਟਰਾਲੇ ਦੇ ਨਾਲ ਜਾ ਟਕਰਾਈ ਹੈ ਅਤੇ ਦੂਜੇ ਪਾਸੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸੜਕ ਦੇ ਕਿਨਾਰੇ ਬਣੇ ਢਾਬਿਆਂ ਦੇ ਕਰਕੇ ਇਹ ਹਾਦਸਾ ਵਾਪਰਿਆ ਕਿਉਂਕਿ ਅਕਸਰ ਜੋ ਟਰਾਲਾ ਅਤੇ ਟਰੱਕਾਂ ਦੇ ਚਾਲਕ ਨੇ ਉਹ ਆਪਣੀ ਗੱਡੀ ਨੂੰ ਹਾਈਵੇ ਦੇ ਉੱਤੇ ਹੀ ਖੜ੍ਹਾ ਕਰ ਦਿੰਦੇ ਨੇ ਤਾਂ ਅਜਿਹੇ ਦੇ ਵਿੱਚ ਧੁੰਦ ਹੁੰਦੀ ਹੈ ਤਾਂ ਉਦੋਂ ਅੱਗੇ ਨਹੀਂ ਦਿਖਦਾ ਅਤੇ ਅਜਿਹੇ ਹਾਦਸੇ ਵਾਪਰ ਜਾਂਦੇ ਨੇ। ਤਾਂ ਦੱਸ ਦਈਏ ਕਿ ਇੱਕ ਪਾਸੇ ਲੋਕਾਂ ਦਾ ਇਹ ਵੀ ਕਹਿਣਾ ਅਤੇ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਦੋ ਲੋਕਾਂ ਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ ਅਤੇ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਗੱਡੀ ਆਈ ਹੈ ਪਿੱਛੇ ਤੋਂ, ਇੱਕ ਮੋਟਰਸਾਈਕਲ ਖੜਿਆ ਦਾ ਉਹਨੇ ਉਸ ਮਾਲਾ ਗਿਆ ਤੇ ਗੱਡੀ ਮਾ ਵੱਜਿਆ। ਅੱਛਾ, ਕਿੰਨੇ ਬੰਦੇ ਡੈਥ ਹੋਈ ਆ? ਡਾਕਟਰ ਦੋ ਹੀ ਬੰਦੇ ਸੀ ਉਸ ਮਾ। ਇਹ ਜਿਹੜਾ ਕੈਂਟਰ ਖੜਿਆ ਹੈਗਾ ਟਰੱਕ ਵਾਲਾ ਕਿੰਨੀ ਦੇਰ ਦਾ ਖੜਿਆ? ਦੋ ਤਿੰਨ ਦਿਨ ਹੋ ਗਏ ਇਹਨਾਂ ਨੂੰ, ਦੋ ਗੱਡੀਆਂ ਹੋਰ ਖੜੀਆਂ ਦੇ ਅੱਗੇ। ਇਹ ਕਾਹਦੇ ਕਰਕੇ ਖੜੇ ਸੀਗਾ? ਇਹ ਸਾਹਮਣੇ ਹੋਟਲ ਆ, ਪੀਜੀ ਦਾ, ਉੱਥੇ ਰੋਟੀ ਪਾਣੀ ਖਾਂਦੇ ਆ, ਉਸ ਕਰਕੇ ਖੜੇ ਹੋਏ ਸੀ। ਉਹ ਜਿਹੜੇ ਇਲਾਜ ਵਾਸਤੇ ਹਸਪਤਾਲ ਪਹੁੰਚਾਤੇ, ਜਿਹੜਾ ਦੂਜਾ ਮੁੰਡਾ ਸੀਗਾ ਡਰਾਈਵਰ ਉਹ ਵੀ ਇਲਾਜ ਲਈ ਹਸਪਤਾਲ ਪਹੁੰਚਾਤਾ ਤੇ ਡੈਡ ਬੋਡੀ ਉੱਥੇ। ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਖੜ੍ਹੇ ਟਰਾਲੇ ਦੇ ਨਾਲ ਇਨੋਵਾ ਕਾਰ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਮੌਕੇ 'ਤੇ ਹੀ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਵੀ ਇਸ ਹਾਦਸੇ ਦੀਆਂ ਸਾਹਮਣੇ ਆਈਆਂ ਨੇ ਕਿਹਾ ਜਾ ਰਿਹਾ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਜੋ ਇਨੋਵਾ ਕਾਰ ਹੈ ਉਸਦੇ ਪਰਖੱਚੇ ਤੱਕ ਉੱਡ ਗਏ ਨੇ ਹਾਲਾਂਕਿ ਜੋ ਉਸਦੇ ਕਾਰ ਦੇ ਜੋ ਪਾਰਟ ਸੀ ਉਹ ਵੀ ਸੜਕ ਦੇ ਉੱਤੇ ਖਿਲਰੇ ਹੋਏ ਮਿਲੇ ਨੇ ਅਤੇ ਇਨੋਵਾ ਕਾਰ ਇੱਕ ਪਾਸੇ ਨੂੰ ਹੀ ਟੇਢੀ ਹੋ ਗਈ ਤਾਂ ਦੱਸ ਦਈਏ ਕਿ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਰਾਜਪੁਰਾ ਨੈਸ਼ਨਲ ਹਾਈਵੇ ਤੋਂ ਜਿੱਥੇ ਕਿ ਇੱਕ ਖੜ੍ਹੇ ਟਰਾਲੇ ਦੇ ਨਾਲ ਇਹ ਕਾਰ ਟਕਰਾਈ ਹੈ। ਅੰਬਾਲਾ ਤੋਂ ਖੰਨੇ ਦੇ ਵੱਲ ਇਹ ਕਾਰ ਜਾ ਰਹੀ ਸੀ ਅਤੇ ਅਚਾਨਕ ਹੀ ਸੜਕ ਦੇ ਕਿਨਾਰੇ ਖੜ੍ਹੇ ਟਰਾਲੇ ਦੇ ਨਾਲ ਇਸਦੀ ਭਿਆਨਕ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਕੇ 'ਤੇ ਹੀ ਜਾਨ ਚਲੀ ਜਾਂਦੀ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਇੱਕ ਵਿਅਕਤੀ ਇਸ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਅਤੇ ਦੂਜੇ ਪਾਸੇ ਲੋਕਾਂ ਦਾ ਕਹਿਣਾ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਕਾਰ ਕਾਫੀ ਜ਼ਿਆਦਾ ਤੇਜ਼ ਸੀ ਅਤੇ ਖੜ੍ਹੇ ਟਰਾਲੇ ਦੇ ਨਾਲ ਜਾ ਟਕਰਾਈ ਹੈ ਅਤੇ ਦੂਜੇ ਪਾਸੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸੜਕ ਦੇ ਕਿਨਾਰੇ ਬਣੇ ਢਾਬਿਆਂ ਦੇ ਕਰਕੇ ਇਹ ਹਾਦਸਾ ਵਾਪਰਿਆ ਕਿਉਂਕਿ ਅਕਸਰ ਜੋ ਟਰਾਲਾ ਅਤੇ ਟਰੱਕਾਂ ਦੇ ਚਾਲਕ ਨੇ ਉਹ ਆਪਣੀ ਗੱਡੀ ਨੂੰ ਹਾਈਵੇ ਦੇ ਉੱਤੇ ਹੀ ਖੜ੍ਹਾ ਕਰ ਦਿੰਦੇ ਨੇ ਤਾਂ ਅਜਿਹੇ ਦੇ ਵਿੱਚ ਧੁੰਦ ਹੁੰਦੀ ਹੈ ਤਾਂ ਉਦੋਂ ਅੱਗੇ ਨਹੀਂ ਦਿਖਦਾ ਅਤੇ ਅਜਿਹੇ ਹਾਦਸੇ ਵਾਪਰ ਜਾਂਦੇ ਨੇ। ਤਾਂ ਦੱਸ ਦਈਏ ਕਿ ਇੱਕ ਪਾਸੇ ਲੋਕਾਂ ਦਾ ਇਹ ਵੀ ਕਹਿਣਾ ਅਤੇ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਦੋ ਲੋਕਾਂ ਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ ਅਤੇ ਹਾਦਸੇ ਦੀਆਂ ਤਸਵੀਰਾਂ ਵੀ
ਸਾਹਮਣੇ ਆਈਆਂ ਨੇ। ਗੱਡੀ ਆਈ ਹੈ ਪਿੱਛੇ ਤੋਂ, ਇੱਕ ਮੋਟਰਸਾਈਕਲ ਖੜਿਆ ਦਾ, ਪਹਿਲੇ ਉਸ ਮਾਲਾ ਗਿਆ, ਗੱਡੀ ਮਾ ਵੱਜਿਆ। ਅੱਛਾ, ਕਿੰਨੇ ਬੰਦੇ ਡੈਥ ਹੋਈ ਆ? ਡਾਕਟਰ ਦੋ ਹੀ ਬੰਦੇ ਸੀ ਉਸ ਮਾ। ਇਹ ਜਿਹੜਾ ਕੈਂਟਰ ਖੜਿਆ ਹੈਗਾ ਟਰੱਕ ਵਾਲਾ, ਕਿੰਨੀ ਦੇਰ ਦਾ ਖੜਿਆ? ਦੋ ਤਿੰਨ ਦਿਨ ਹੋ ਗਏ ਇਹਨਾਂ ਨੂੰ, ਦੋ ਗੱਡੀਆਂ ਹੋਰ ਖੜੀਆਂ ਦੇ ਅੱਗੇ। ਕਾਹਦੇ ਕਰਕੇ ਖੜੇ ਸੀਗੇ? ਸਾਹਮਣੇ ਹੋਟਲ ਆ, ਪਿੱਛੇ ਸ਼ਾਪ ਤੇ ਰੋਟੀ ਪਾਣੀ ਖਾਂਦੇ ਆ, ਉਸ ਕਰਕੇ ਖੜੇ ਹੋਏ ਸੀ। ਟਰੱਕ ਸ਼ਾਇਦ ਕੋਈ ਖੜਾ ਸੀ ਸੜਕ ਦੇ ਉੱਤੇ, ਉਹਨਾਂ ਨੇ ਦੱਸਿਆ ਵੀ ਟਰੱਕ ਖੜਾ ਸੀਗਾ, ਉਹ ਪਿੱਛੇ ਵੱਜੀ। ਉਹ ਜਿਹੜੇ ਇਲਾਜ ਵਾਸਤੇ ਹੋਸਪਿਟਲ ਪਹੁੰਚਾਤੇ, ਜਿਹੜਾ ਦੂਜਾ ਮੁੰਡਾ ਸੀਗਾ ਡਰਾਈਵਰ, ਉਹ ਵੀ ਇਲਾਜ ਲਈ ਹਸਪਤਾਲ ਪਹੁੰਚਾਤਾ ਅਤੇ ਡੈਡ ਬੋਡੀ ਵੀ ਉੱਥੇ ਚੜ੍ਹ।